ਪੁਲਿਸ ਨੇ ਇੱਕ ਅੰਨੇ ਕੇਸ ਦੀ ਗੁੱਥੀ ਨੂੰ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਸੁਲਝਾ ਲਿਆ। ਦਰਅਸਲ ਗੰਦੇ ਨਾਲੇ ਦੇ ਵਿੱਚ ਇੱਕ ਲਾਸ਼ ਤੈਰਦੀ ਮਿਲੀ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਕਾਤਲਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸ ਦਈਏ ਕਿ ਪੈਸਿਆਂ ਦਾ ਲੈਣ ਦੇਣ ਕਲੀਅਰ ਕਰਨ ਦੇ ਵਾਸਤੇ ਬੁਲਾਇਆ ਗਿਆ ਸੀ ਔਰ ਉੱਥੇ ਪਹਿਲਾਂ ਇਸ ਸ਼ਖਸ 'ਤੇ ਗੱਡੀ ਚਾੜੀ ਗਈ, ਫਿਰ ਇੱਟਾਂ ਦੇ ਨਾਲ ਇਸ 'ਤੇ ਹਮਲਾ ਕੀਤਾ ਗਿਆ। ਜਦ ਇਸ ਦੇ ਸਾਹ ਰੁੱਕ ਗਏ ਤਾਂ ਇਸ ਨੂੰ ਚੁੱਕ ਕੇ ਬੁੱਢੇ ਨਾਲੇ ਦੇ ਵਿੱਚ ਸੁੱਟਿਆ ਗਿਆ। ਤਾਂ ਪੁਲਿਸ ਨੇ ਇਸ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ। ਜਿਸ ਦਾ ਕਤਲ ਕੀਤਾ ਗਿਆ ਉਹ ਆਟੋ ਰਿਕਸ਼ਾ ਦਾ ਡਰਾਈਵਰ ਸੀ। ਪੈਸਿਆਂ ਦੇ ਲੈਣ ਦੇਣ ਤੋਂ ਗੱਲ ਸ਼ੁਰੂ ਹੋਈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਲੁਧਿਆਣਾ ਦੇ ਤਾਜਪੁਰ ਰੋਡ 'ਤੇ ਧਰਮਕੰਡਾ ਦੇ ਕੋਲ ਇਸ ਦੀ ਲਾਸ਼ ਤੈਰਦੀ ਮਿਲੀ। ਕਾਬੂ ਕੀਤੇ ਗਏ ਆਰੋਪੀਆਂ ਦੇ ਵਿੱਚੋਂ ਇੱਕ 'ਤੇ ਪਹਿਲਾਂ ਹੀ ਮਾਮਲੇ ਦਰਜ ਨੇ। ਸੋ ਪੈਸਿਆਂ ਦਾ ਲੈਣ ਦੇਣ ਸੀ ਔਰ ਉਹੀ ਕਲੀਅਰ ਕਰਨ ਦੇ ਲਈ ਇਸ ਸ਼ਖਸ ਨੂੰ ਬੁਲਾਇਆ ਸੀ ਔਰ ਉੱਥੇ ਇਸ ਦਾ ਕਤਲ ਕੀਤਾ ਗਿਆ। ਲਾਸ਼ ਨੂੰ ਚੁੱਕ ਕੇ ਇਹਨਾਂ ਨੇ ਬੁੱਢੇ ਨਾਲੇ ਦੇ ਵਿੱਚ ਸੁੱਟ ਦਿੱਤਾ। ਕਿਹੜਾ ਨਾਲਾ? ਰੁਕ ਜਾ, ਇਹਨੇ ਗੱਡੀ ਕਿੱਥੇ ਚੜਾਈ? ਸ਼ਾਦੀ ਜਿੱਥੇ ਕਰੇ ਜਾਂਦਾ ਏ, ਇਹਦੇ ਨਾਲ ਹੋਰ ਕੌਣ ਸੀ? ਨਾਲ ਮੈਨੂੰ ਲੈ ਗਿਆ ਸੀ, ਲੈ ਗਿਆ। ਇਹਦੀ ਲਾਸ਼ ਦੇ ਦੋ, ਲਾਸ਼ ਦੇ ਦੋ, ਲਾਸ਼ ਨਹੀਂ ਤੂੰ ਦੱਸ ਦੇ, ਤੂੰ ਕੱਲੂ ਨੂੰ ਆਪਾਂ ਲੈਣੀ ਤੇ ਤੇਰਾ ਬਚਾਅ ਹੋ ਜਾਊਗਾ। ਲਾਸ਼ ਆ ਨਾਲੇ 'ਚ ਹੀ ਮਿਲੂਗੀ ਯਾਰ। ਕਿਹੜਾ ਨਾਲਾ? ਆ ਬਾਲਾ ਜੀ ਕੁੜੀ ਵਾਲਾ। ਆਜੋ ਦੇਖਦੇ ਆ ਕੰਮ ਜਾ ਰਹੇ ਆ। ਜਿਹੜੀ ਹੈਗੀ ਆ ਸਾਡਾ ਇੱਕ ਬਲਾਈਂਡ ਮਰਡਰ ਹੋਇਆ ਸੀਗਾ ਕੱਲ ਡਿਵੀਜ਼ਨ ਨੰਬਰ 7 ਦੇ ਵਿੱਚ, ਜਿਹਦੇ ਸੰਬੰਧ ਦੇ ਵਿੱਚ ਅਸੀਂ 255 ਨੰਬਰ ਮੁਕੱਦਮਾ ਜਿਹੜਾ ਸੀਗਾ ਦਰਜ ਕੀਤਾ ਸੀਗਾ। 103 ਸਬਸੈਕਸ਼ਨ 1 ਅਤੇ 238 BNS ਦੇ ਤਹਿਤ ਆਪਣੇ ਥਾਣਾ ਜਿਹੜਾ ਹੈਗਾ ਡਿਵੀਜ਼ਨ ਨੰਬਰ 7 ਦੇ ਵਿੱਚ। ਇਹਦੇ ਵਿੱਚ ਬੇਸਿਕਲੀ ਕੀ ਹੋਇਆ ਸੀਗਾ ਕਿ ਇੱਕ ਸ਼ਾਲੂ ਕੁਮਾਰ ਡਿਸੀਜ਼ ਸੀਗਾ, ਇਹਦੀ ਜਿਹੜੀ ਆਪਣੀ ਲਾਸ਼ ਜਿਹੜੀ ਸੀਗੀ ਸਾਨੂੰ ਕੰਧੇ ਨਾਲੇ ਦੇ ਵਿੱਚੋਂ ਜਿਹੜੀ ਸੀਗੀ ਉਹ ਤੈਰਦੀ ਹੋਈ ਮਿਲੀ ਸੀਗੀ ਔਰ ਇਮੀਡੀਏਟਲੀ ਇਹਦੇ ਵਿੱਚ ਸਾਡੀ ਜਿਹੜੀ CP ਸਾਹਿਬ ਦੀ ਨੋਟਿਸ ਵਿੱਚ ਲਿਆਂਦਾ ਗਿਆ, ਇਹਦੇ ਨਾਲ DCP ਤੇਜਾ ਜੀ ਦੇ ਨਾਲ ਡਿਸਕਸ ਕੀਤਾ ਗਿਆ। ਇਮੀਡੀਏਟਲੀ ਉਹਨਾਂ ਨੇ ਸੰਜੀਵ ਦੀ ਸਮਝਦੇ ਹੋਏ ਜਿਹੜੀ ਹੈਗੀ ਹੈ ACP ਸਾਹਿਬ ਅਤੇ ਆਪਣੇ SHO ਜਿਹੜੇ ਹੈਗੇ ਆ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਸਪੈਸ਼ਲੀ ਮੈਂਸ਼ਨ ਕਰਦੇ ਹੋਏ ਜਿਹੜੇ ਐਡੀਸ਼ਨਲ SHO ਸੁਖਵਿੰਦਰ ਸਿੰਘ ਹੈ, ਉਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹ ਟੈਕਨੀਕਲ ਅਸਿਸਟੈਂਸ ਦੇ ਨਾਲ ਹਿਊਮਨ ਹਿੰਟ ਦੇ ਨਾਲ ਇਸ ਮਰਡਰ ਨੂੰ ਅਸੀਂ 3 ਘੰਟੇ ਦੇ ਵਿੱਚ ਹੀ ਜਿਹੜਾ ਸੀਗਾ ਬਲਾਈਂਡ ਮਰਡਰ ਸੀਗਾ ਇਹਨੂੰ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਸੋ ਇਹ ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਜਿਹੜਾ ਇਹਦਾ ਹੈ ਕੀਤਾ ਔਰ ਇਹਦੇ ਇਸੇ 3 ਘੰਟਿਆਂ ਦੇ ਦੌਰਾਨ ਅਸੀਂ ਜਿਹੜੇ ਦੋ ਦੋਸ਼ੀ ਹੈਗੇ ਨੇ ਜਿਹੜੇ ਕੱਲੂ ਔਰ ਸੁਨੀਲ ਕੁਮਾਰ ਸੀਗੇ ਇਹਦੇ ਦੋਸਤੀ ਸੀਗੇ ਡਿਸੀਜ਼ 'ਤੇ ਉਹ ਔਰ ਜਿਹੜੀ ਇਹ ਵਾਰਦਾਤ ਦੇ ਵਿੱਚ ਜਿਹੜੀ ਇਹਨਾਂ ਨੇ ਗੱਡੀ ਵਰਤੀ ਸੀ ਬਲੈਰੋ ਔਰ ਬਲੈਰੋ ਨੰਬਰ ਜਿਹੜੀ ਹੈ PB10 ES1747 ਨੰਬਰ ਗੱਡੀ ਜਿਹੜੀ ਹੈਗੀ ਉਹ ਵੀ ਬਰਾਮਦ ਕਰ ਲਈ ਹੈ। ਸੋ ਬੜਾ ਵਾਟਰ ਟਾਈਟ ਕੇਸ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਸੋਲਵ ਕੀਤਾ ਔਰ ਨਾਲ ਦੀ ਨਾਲ ਸਾਰਾ ਪੁਖਤਾ ਐਵੀਡੈਂਸ ਜਿਹੜੇ ਸੀਗੇ ਮੌਕੇ ਦੇ ਉਹ ਵੀ ਸਾਰੇ ਇਕੱਠੇ ਕਰਕੇ ਬੜੀ ਛੇਤੀ ਲੁਧਿਆਣਾ ਪੁਲਿਸ ਨੇ ਜਿਹੜਾ ਹੈਗਾ ਇਹ ਬਲਾਈਂਡ ਮਰਡਰ ਕੇਸ 3 ਘੰਟਿਆਂ ਦੇ ਵਿੱਚ ਸੋਲਵ ਕਰਕੇ ਦੋ ਦੋਸ਼ੀ ਔਰ ਵਾਰਦਾਤ ਵਿੱਚ ਬਚੀ ਗਈ ਗੱਡੀ ਜਿਹੜੀ ਹੈਗੀ ਹੈ ਫੜਨ ਵਿੱਚ ਕਾਮਯਾਬੀ ਹਾਸਲ ਕੀਤੀ। ਵਜ੍ਹਾ ਰਣਜੀਸ਼ ਜਿਹੜਾ ਕਤਲ ਦਾ ਇਹ ਹੈਗਾ ਕਿ ਜਿਹੜਾ ਇਹ ਆਪਣੇ ਕੱਲੂ ਅਤੇ ਸੁਨੀਲ ਔਰ ਜਿਹੜੇ ਸ਼ਾਲੂ ਡਿਸੀਜ਼ਡ ਹੈਗੇ ਨੇ ਇਹ ਆਪਸ ਦੇ ਵਿੱਚ ਦੋਸਤ ਸੀਗੇ
ਸ਼ਾਲੂ ਦੀ ਇਹਨਾਂ ਦੀ ਕੋਈ ਦੋ ਦਿਨ ਪਹਿਲਾਂ 16 ਤਰੀਕ ਨੂੰ ਜਾਂ 17 ਤਰੀਕ ਨੂੰ ਪੈਸੇ ਜਿਹੜੀ ਲੈਣ ਦੇਣ ਤੋਂ ਜਿਹੜੀ ਸੀਗੀ ਕੋਈ ਗੱਲਬਾਤ ਹੋਈ ਸੀਗੀ, ਜਿਹਦੇ ਵਿੱਚ ਕੱਲੂ ਅਤੇ ਸੁਨੀਲ ਨੇ ਜਿਹੜਾ ਮਨ ਦੇ ਵਿੱਚ ਰੰਜਿਸ਼ ਰੱਖੀ। ਔਰ 16 ਤਰੀਕ ਨੂੰ ਜਦੋਂ ਇਹ ਕਿਤੇ ਆ ਰਹੇ ਸੀਗੇ, ਘਰ ਨੂੰ ਆ ਰਹੇ ਸੀ, ਇਹਨੇ ਆਪਣੀ ਗੱਡੀ ਮਾਰੀ ਔਰ ਗੱਡੀ ਮਾਰ ਕੇ ਜਦੋਂ ਇਹ ਬੇਹੋਸ਼ ਹੋ ਗਿਆ, ਫਿਰ ਇਹਦੇ ਸਿਰ ਵਿੱਚ ਇੱਟ ਵੱਜੀ ਔਰ ਕਿਸੇ ਤਿੱਖੀ ਚੀਜ਼ ਦੇ ਨਾਲ ਜਿਹੜਾ ਹੈਗਾ ਇਹਨਾਂ ਦੇ ਪੇਟ ਦੇ ਉੱਤੇ ਵਾਰ ਕੀਤਾ, ਜਿਹਦੇ ਕਰਕੇ ਇਹਨਾਂ ਦੀ ਮੌਕੇ 'ਤੇ ਡੈਥ ਹੋ ਗਈ। ਫਿਰ ਇਹਨਾਂ ਦੀ ਲਾਸ਼ ਨੂੰ ਜਿਹੜਾ ਸੀਗਾ ਉਹ ਉਸੇ ਗੱਡੀ ਬਲੈਰੋ ਦੇ ਵਿੱਚ ਹੀ ਪਾ ਕੇ ਇਹਨਾਂ ਨੇ ਗੰਦੇ ਨਾਲੇ ਦੇ ਵਿੱਚ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਇਹ ਕਤਲ ਨੂੰ ਜਿਹੜਾ ਹੈਗਾ ਛੁਪਾਇਆ ਜਾ ਸਕੇ। ਪਰ ਕੋਈ ਵੀ ਕ੍ਰਾਈਮ, ਕੋਈ ਵੀ ਕਤਲ ਜਿਹੜਾ, ਤੁਹਾਨੂੰ ਪਤਾ ਕਿ ਲੁਕਿਆ ਨਹੀਂ ਰਹਿੰਦਾ ਹੁੰਦਾ, ਆ ਕਰ ਬਾਹਰ ਆ ਜਾਂਦਾ। ਔਰ ਇਸ ਕਰਕੇ ਲਾਸ਼ ਜਿਹੜੀ ਹੈਗੀ ਆ ਦੋਵਾਂ ਦਿਨਾਂ ਬਾਅਦ ਸਾਨੂੰ ਪੁੱਛੀ। ਹਜੇ ਤੱਕ ਫਿਲਹਾਲ ਇਹਨਾਂ ਦੇ ਜਿਹੜੀ ਐਸੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ। ਵਜ੍ਹਾ ਰੰਜਿਸ਼ ਇਹਨਾਂ ਦੀ ਆਪਸੀ ਨਿੱਜੀ ਲੜਾਈ ਹੈ, ਕਿਉਂਕਿ ਦੋਸਤ ਸੀਗੇ ਪੈਸੇ ਲੈਣ ਦੇਣ ਤੋਂ ਲੜਾਈ ਹੋਈ ਹੈ, ਉਹਦੀ ਜਿਹੜੀ ਆ ਨਸ਼ੇ ਵਾਲੀ ਕੋਈ ਗੱਲ ਸਾਹਮਣੇ। ਇਹਦੇ ਵਿੱਚ ਜਿਹੜਾ ਸੁਨੀਲ ਕੁਮਾਰ ਹੈ ਉਹਦੇ ਉੱਤੇ ਜਿਹੜਾ ਹੈਗਾ 379, 380, 411 ਦਾ ਥਾਣਾ ਮੋਤੀ ਨਗਰ ਦੇ ਵਿੱਚ ਇੱਕ ਪਹਿਲਾਂ ਵੀ ਜਿਹੜਾ ਵਾ ਮੁਕੱਦਮਾ ਦਰਜ ਹੈ। ਇਹ ਜਿਹੜੇ ECH ਕਲੋਨੀ ਹੈਗੀ ਹੈ ਜੀ, ਇੱਥੇ ਆਪਣੇ ਤਾਜਪੁਰ ਰੋਡ ਦੇ ਉੱਤੇ ਲੁਧਿਆਣੇ, ਉੱਥੋਂ ਦੇ ਰਹਿਣ ਵਾਲੇ ਤਿੰਨੇ। ਉਮਰ ਦੀ ਸਾਰੀ ਇਹਨਾਂ ਦੀ ਅਪਰੋਕਸੀਮੇਟਲੀ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ 30 ਤੋਂ 35 ਦੀ ਉਮਰ ਦੇ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ। ਉਹ ਆਟੋ ਚਲਾਉਂਦਾ ਸੀਗਾ, ਇਹ ਜਿਹੜਾ ਬਲੈਰੋ ਦਾ ਚਾਲਕ ਸੀ।